हेलो फ्रेंड्स, सारे जने अपने घर से ठीक ठाक होवोगे। जेकर तुसी मेरे चैनल नू सबसक्राइब नहीं किया तो सबसक्राइब जरूर करो ते मेरी वीडियो फुल देखा करो। कमेंट करके मैं दसना भी जरूर। कढ़ाई च 2 चम्मच वड्डे ऑयल पा लिया, प्याज ते टमाटर नू आपां पहले थोड़ा भुन लवोंगे। ਇਸ ਦੇ ਨਾਲ ਹੀ ਆਪਾਂ ਇੱਕ ਵੱਡੀ ਇਲਾਚੀ ਅਤੇ ਦਾਲਚੀਨੀ ਐਡ ਕਰਾਂਗੇ। ਜ਼ਿਆਦਾ ਨਹੀਂ ਭੁੰਨਣਾ, ਬਿਲਕੁਲ ਘੱਟ ਹੀ ਭੁੰਨਣਾ ਜੀ ਆਪਾਂ। ਬਸ ਤਾਂ ਹਲਕੇ ਜਿਹੇ ਟਮਾਟਰ ਸੌਫਟ ਹੋ ਜਾਣ, ਫਿਰ ਆਪਾਂ ਗੈਸ ਬੰਦ ਕਰ ਦਾਂਗੇ। ਹੁਣ ਗੈਸ ਬੰਦ ਕਰ ਦਾਂਗੇ। ਹੁਣ ਆਪਾਂ ਇਹ ਮਿਕਸੀ ਵਿੱਚ ਗ੍ਰੈਂਡ ਕਰ ਲਾਂਗੇ। ਹੁਣ ਆਪਾਂ ਇਸ 'ਚ ਥੋੜ੍ਹਾ ਓਇਲ ਹੋਰ ਐਡ ਕਰਾਂਗੇ। ਹੁਣ ਆਪਾਂ ਪਿਆਜ਼ ਅਤੇ ਟਮਾਟਰ ਵਾਲੀ ਪੇਸਟ ਇਸ 'ਚ ਐਡ ਕਰ ਦਾਂਗੇ। ਥੋੜ੍ਹਾ ਫਰਾਈ ਕਰਾਂਗੇ ਇਹਨੂੰ। ਇਸ ਦੇ ਨਾਲ ਆਪਾਂ ਅਦਰਕ ਅਤੇ ਲਸਣ ਦਾ ਪੇਸਟ ਐਡ ਕਰਾਂਗੇ, ਨਾਲ ਹੀ ਕੁੱਟੀ ਹੋਈ ਹਰੀ ਮਿਰਚ ਐਡ ਕਰਾਂਗੇ। ਇਸ ਦੇ ਨਾਲ ਹੀ ਕੁਛ ਕੱਟੀ ਹੋਈ ਬੀਨਸ ਐਡ ਕਰਾਂਗੇ। ਬੀਨਸ ਨਾਲ ਟੇਸਟ ਬਹੁਤ ਵਧੀਆ ਹੋ ਜਾਂਦਾ ਅਤੇ ਯਾਨੀ ਕਿ ਇਹਦੀ ਕਲਰ ਵੀ ਵਧੀਆ ਲੱਗਦਾ ਵਿੱਚ, ਗ੍ਰੀਨ ਕਲਰ ਦੀ ਬੀਨਸ। ਅੱਧਾ ਚਮਚ ਤੋਂ ਘੱਟ ਮੈਂ ਕਾਲੀ ਮਿਰਚ ਲਈ ਹੈ, ਹਲਦੀ 1/2 ਚਮਚ, ਲਾਲ ਮਿਰਚ ਪਾਊਡਰ 1/2 ਚਮਚ, ਨਮਕ ਅਤੇ ਗਰਮ ਮਸਾਲਾ। ਨਮਕ ਮਿਰਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ, ਮੈਂ ਤਾਂ ਤਿੱਖਾ ਹੀ ਬਣਾਇਆ ਜੀ, ਲਾਈਟ ਮੈਨੂੰ ਵਧੀਆ ਨਹੀਂ ਲੱਗਦਾ ਨਮਕ ਮਿਰਚ। ਨਮਕ ਮਿਰਚ ਐਡ ਕਰ ਲਾਂਗੇ। 2 ਮਿੰਟ ਇਹਨੂੰ ਭੁੰਨਣਾ ਆਪਾਂ। ਦੇਖੋ ਬੀਨਸ ਪਾਉਣ ਨਾਲ ਕਲਰ ਕਿੰਨਾ ਵਧੀਆ ਲੱਗ ਰਿਹਾ, ਮਸਾਲੇ ਜਿੰਨਾ ਵਧੀਆ ਲੱਗ ਰਿਹਾ। ਹੁਣ ਆਪਾਂ ਇਸਦੇ ਵਿੱਚ ਦੁੱਧ ਐਡ ਕਰ ਦਾਂਗੇ 1/2 ਗਲਾਸ। ਥੋੜ੍ਹਾ ਇਹਨੂੰ ਭੁੰਨ ਲਵਾਂਗੇ। ਸੋਰੀ ਭੁੰਨਣੀ ਉਬਾਲਾ ਆਉਣ ਤੱਕ ਇਹਦੀ ਵੇਟ ਕਰਦੇ ਆਪਾਂ। ਕਿੰਨੀ ਥਿੱਕ ਗਾੜੀ ਗਾੜੀ ਗ੍ਰੇਵੀ ਬਣੀ ਆ, ਬਟ ਇਸ 'ਚ ਕਸੂਰੀ ਮੇਥੀ ਪਾਈ ਜਾਂਦੀ ਹੈ। ਮੇਰੇ ਕੋਲ ਇਸ ਟਾਈਮ ਕਸੂਰੀ ਮੇਥੀ ਹੈ ਨਹੀਂ, ਮੈਂ ਕਸੂਰੀ ਮੇਥੀ ਤਾਂ ਬਿਨਾਂ ਹੀ ਬਣਾ ਰਹੀ ਹਾਂ ਇਸ ਨੂੰ। ਆਹ ਦੇਖੋ ਉਬਾਲਾ ਆ ਗਿਆ। ਹੁਣ ਆਪਾਂ ਇਸਦੇ ਵਿੱਚ ਮਲਾਈ ਐਡ ਕਰਾਂਗੇ, ਥੋੜ੍ਹੀ ਕੁ ਰੱਖ ਲਵਾਂਗੇ। ਗਰਮ ਮਸਾਲਾ ਮੈਂ ਨਾਲ ਪਹਿਲਾਂ ਹੀ ਐਡ ਕਰਤਾ ਸੀ। ਥੋੜ੍ਹਾ ਧਨੀਆ ਐਡ ਕਰਾਂਗੇ। ਗੈਸ ਘੱਟ ਕਰ ਦਾਂਗੇ। ਇਸ ਦੇ ਨਾਲ ਹੀ ਪਨੀਰ ਐਡ ਕਰ ਦਾਂਗੇ ਆਪਾਂ। ਬਿਲਕੁਲ ਉਬਾਲ ਆਉਣ ਤੱਕ ਇਸਦੀ ਵੇਟ ਕਰਦੇ ਹਾਂ ਆਪਾਂ।
सब्जी बन के तैयार हो चुकी है। हाँ देखो अपनी सब्जी बन के तैयार हो चुकी है, बीन्स वाली ते मलाई पनीर, तुसी भी जरूर ट्राई करना है, बहुत वधिया बनती है। अगली नवी वीडियो लेके फिर मिलांगे, बाय बाय। तुसी मैनू इंस्टा ते फॉलो कर सकते हो, पटियाला शाही जायका चैनल 'च।